ਬਾਹਰ ਕਟਾਇਆ ਲੱਗਦਾ ਨਾ ਉਹ ਹੈ ਨਾ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਜਿਹੜੇ ਵੀ ਵੀਡੀਓ ਵੇਖ ਰਹੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਠੀਕ ਹੈ ਵੀਰ ਜੀ, ਨਾਮ ਦੱਸੋ ਜੀ ਪਹਿਲਾਂ ਆਪਦਾ। ਮੇਰਾ ਨਾਮ ਵੀਰ ਜੀ ਜਗਰਾਜ ਸਿੰਘ। ਠੀਕ ਹੈ ਜੀ, ਅਤੇ ਸ਼ਹਿਰ ਕਿਹੜਾ ਜੀ ਇਹ? ਤਰਨ ਤਾਰਨ ਡਿਸਟ੍ਰਿਕਟ ਹੈ ਜੀ। ਤਰਨ ਤਾਰਨ ਡਿਸਟ੍ਰਿਕਟ, ਠੀਕ ਹੈ। ਅਤੇ ਵੀਰ ਜੀ ਹੁਣ ਇਹ ਦੱਸੋ ਆਪਣੇ ਕਿਹੜੇ ਕਿਹੜੇ ਐਨੀਮਲ ਸੇਲ ਆ? ਹਾਂਜੀ। ਅੱਛਾ, ਦੋ ਮਹੀਆਂ ਸੇਲ ਆ? ਠੀਕ ਹੈ, ਚਲੋ ਪਹਿਲਾਂ ਇਹਦੇ ਬਾਰੇ ਗੱਲ ਕਰਦੇ। ਅਤੇ ਵੀਰ ਜੀ ਇਹ ਕਿਨਮਾ ਸੂਆ ਜੀ ਇਹ? ਇਹਨੂੰ ਤੀਜਾ ਸੂਆ ਜੀ। ਤੀਜਾ ਸੂਆ, ਇਹ ਆਪਣੇ ਘਰ ਪਾਲਤੂ ਹੀ ਸਰੀਆਂ ਜੀ? ਹਾਂਜੀ, ਘਰ ਪਾਲਤੂ। ਠੀਕ ਹੈ ਜੀ, ਅਤੇ ਵੀਰ ਜੀ ਇਹਦਾ ਕੀ ਰਿਕਾਰਡ ਆਉਂਦਾ? ਮੈਂ ਪਿਛਲੇ ਸੂਏ ਦੁੱਧ ਕਿੰਨਾ ਕੱਢਿਆ ਜੀ? ਇਹਨੇ 23 ਲੀਟਰ ਦੁੱਧ ਕੱਢਿਆ ਜੀ। ਦੂਸਰੇ ਸੂਏ? ਹਾਂਜੀ। ਠੀਕ ਹੈ, ਠੀਕ ਹੈ। ਅਤੇ ਵੀਰ ਜੀ ਪਹਿਲਾਂ ਨੇ ਕਿੰਨਾ ਕੱਢਿਆ ਜੀ? ਪਹਿਲਾਂ ਨੇ ਵੀਰ ਜੀ ਇਹਨੇ ਕੱਢਿਆ ਸੀ 18 ਲੀਟਰ ਦੁੱਧ। ਪਹਿਲਾਂ 18 ਲੀਟਰ ਦੁੱਧ ਕੱਢਿਆ? ਠੀਕ, 18 ਲੀਟਰ ਕੱਢਦਾ ਜੀ ਇਹਨਾਂ ਦੁੱਧ? ਠੀਕ ਹੈ ਜੀ, ਠੀਕ ਹੈ। ਇੱਕ ਸਾਡੇ ਕੋਲ ਉਧਰ ਮੱਝ ਬੱਜੀ, ਉਹਨੇ ਵੀ 18 ਲੀਟਰ ਪਲੱਸ ਦੁੱਧ ਕੱਢਿਆ ਪਹਿਲਾਂ ਨੇ? ਪਹਿਲਾਂ ਮਾਸ ਵੀ ਆ ਕੇ ਦੂਜੇ ਸਮੇਂ ਸੁਣਾਉਂਦਾ। ਅੱਛਾ ਜੀ, ਠੀਕ ਹੈ, ਠੀਕ। ਚਲੋ ਹੁਣ ਇਹ ਤੁਹਾਨੂੰ ਪਤਾ ਜੀ, ਮੈਨੂੰ ਤਾਂ ਪਤਾ ਨਹੀਂ ਕਿੰਨਾ ਦੁੱਧ ਕੱਢਿਆ। ਅਤੇ ਵੀਰ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਨੂੰ? ਇਹਨੂੰ ਸੂਈ ਨੂੰ 1 ਘੰਟਾ ਹੋਇਆ। 1 ਘੰਟਾ ਹੀ ਹੋਇਆ ਸੂਈ ਨੂੰ? ਹਜੇ ਫਿਰ ਜ਼ਹਿਰ ਵੀ ਨਹੀਂ ਪਈ ਹੋਣੀ? ਹਾਂਜੀ, ਜ਼ਹਿਰ ਨਹੀਂ ਪਈ ਹੋਣੀ, 1 ਘੰਟਾ ਹੀ ਹੋਇਆ ਹਲੇ। ਹਾਂਜੀ ਹਾਂਜੀ ਹਾਂ, ਬਿਲਕੁਲ। ਅਤੇ ਵੀਰ ਜੀ ਫਿਰ ਬੱਚਿਆਂ ਦਾ ਕੀ ਆ ਗਿਆ ਜੀ? ਇਹ ਬੱਚਾ ਮੱਝ ਦਾ ਚਿੱਟਾ ਹੋ ਗਿਆ ਤੇ ਤਾਂ ਕਰਕੇ। ਨਹੀਂ, ਬੱਚਾ ਮਤਲਬ ਕਿ ਕੱਟੀ ਆ ਕਿ ਕਟਾ ਸੀ? ਇਹ ਕੱਟੀ ਆ ਜੀ। ਕੱਟੀ ਆ? ਹਾਂਜੀ, ਫੀਮੇਲ। ਤੇ ਕਿਹੜੇ ਸਾਂ ਦੀ ਜੀ ਵੀਰ ਜੀ ਇਹ? 2384 ਦਾ ਜੀ। ਅੱਛਾ, 2384, ਠੀਕ ਆ। ਤੇ ਮਤਲਬ ਕਿ 2384 ਹਿਸਾਰ ਦਾ? ਸਰਕਾਰੀ ਸਾਣਾ ਜੀ। ਸਰਕਾਰੀ ਸਾਣਾ, ਆਪਣੇ ਪੰਜਾਬ ਗਵਰਨਮੈਂਟ ਦਾ ਕਿ ਸਾਰਾ ਹਿਸਾਰ ਯੂਨੀਵਰਸਿਟੀ ਦਾ ਜੀ? ਇਹ ਨਾ ਡਾਕਟਰ ਸਾਡੇ ਆਉਂਦਾ ਵਾ ਧੁਨਾ ਤੋਂ। ਅੱਛਾ ਜੀ, ਅੱਛਾ। ਤੇ ਉਹ ਵੀਰ ਭਰ ਕੇ ਜਾਂਦਾ? ਠੀਕ। ਅੱਛਾ ਜੀ, ਉਹ ਭਰ ਕੇ ਜਾਂਦੇ। ਚਲੋ ਚਲੋ, ਕੋਈ ਚੰਗੇ ਰਿਕਾਰਡ ਦੇ ਟੀਕਾ ਹੋਊਗਾ। ਠੀਕ ਹੈ ਜੀ, ਠੀਕ ਹੈ। ਤੇ ਵੀਰ ਜੀ ਫਿਰ ਤੁਹਾਡੇ ਸਾਨੂੰ ਐਰਕੀ ਫਿਰ ਕਿੰਨਾ ਕੱਢੂਗੀ ਜੀ ਇਹ? ਐਰਕੀ ਜਾਊਗਾ ਜੀ 23 ਪਲੱਸ ਦੇ ਲਾਗੇ। 23 ਪਲੱਸ ਨੇੜੇ ਤੇੜੇ ਜੋ ਜਾਊਗਾ। ਠੀਕ, ਵੇਖੋ ਮੈਂ ਜੀ ਬਾਡੀ ਬੂਡੀ ਤਾਂ ਬਹੁਤ ਸੋਹਣੀ ਆ, ਬਾਕੀ ਚਲ ਦੁੱਧ ਤੇ ਬੰਦ ਹੈ ਜੀ, ਬਾਕੀ ਸੀਲ ਵੀ ਬਹੁਤ ਜ਼ਿਆਦੀ ਹੈ। ਹਾਂਜੀ ਹਾਂ, ਹਾਂਜੀ। ਤੇ ਚੁਆਈ ਚੁਈ ਇਹਦੀ ਕਿਵੇਂ ਹੈ ਜੀ? ਚੁਆਈ ਦੇ ਵਿੱਚ ਜੀ ਬਹੁਤ ਪੋਲੀ ਹੋਣੀ, ਕੱਟੀ ਲਾ ਕੇ ਦੇਖ ਸਕਦੇ ਤੁਸੀਂ। ਅੱਛਾ, ਪੂਰੀ ਐ ਪੂਰੀ ਸੀਲ? ਸੀਲ ਠੰਡੀ ਆ, ਹੱਥ ਤੇ ਲਾ ਕੇ ਖਾ ਰੂ ਮਾੜਾ ਜਾ। ਹਾਂਜੀ ਹਾਂਜੀ, ਜਿੱਦਾਂ ਮਰਜ਼ੀ ਹੱਥ ਲਾ ਲਓ। ਤੇ ਵੀਰ ਜੀ ਕ੍ਰੋਸ ਤੇ ਆ ਗਈ ਜੀ ਫਿਰ ਮਾਜੀ ਜੀ ਇਹ? ਹਾਂਜੀ ਹਾਂਜੀ, ਮੋਹਰਾਂ ਦੇ ਨੀਲੀ ਕ੍ਰੋਸ ਆ ਗਏ ਹੈ ਜੀ। ਹਾਂਜੀ, ਠੀਕ ਠੀਕ ਹੈ ਜੀ, ਠੀਕ। ਬਹੁਤ ਜ਼ਿਆਦਾ ਸੀਲ ਆ ਜੀ, ਆਹ ਵੇਖੋ। ਹਾਂ, ਨਹੀਂ ਨਹੀਂ ਦੇਖੀ ਜਾਂਦੀ, ਬਾਕੀ ਨਾ ਥੋੜ੍ਹਾ ਜਿਹਾ ਫਰਕ ਆ ਉਦੋਂ ਉੱਥੇ ਵੀਰ ਜੀ ਦੀ ਪੱਟੀ ਵਾਲੇ ਬਣਾ ਕੇ ਲੈਂਦੇ, ਉਹਨਾਂ ਨੂੰ ਬੜੇ ਮਤਲਬ ਪਸ਼ੂ ਸਿਆਣੇ ਆ, ਇੱਧਰ ਵੈਸੇ ਥੋੜ੍ਹੇ ਪਸ਼ੂ ਸਿਆਣੇ। ਅਤੇ ਵੀਰ ਜੀ ਫਿਰ ਇਹਨੂੰ ਮਾੜਾ ਖੋਲਿਆ ਜੀ, ਇਹਨੂੰ ਧੋਰਿਆ ਜੀ ਮਾੜਾ ਜਿਹਾ। ਅਤੇ ਵੀਰ ਜੀ ਫਿਰ ਇਹਨੂੰ ਖੁਰਾਕ ਖੁਰੂਕ ਤੁਸੀਂ ਕੀ ਪਾਉਂਦੇ ਜੀ ਫਿਰ ਇਹਨਾਂ ਨੂੰ? ਵੀਰ ਜੀ ਖੁਰਾਕ ਤਾਂ ਪਾਈ ਦੀ ਆ ਜੀ ਦੁੱਧ ਦੇ ਹਿਸਾਬ ਨਾਲ। ਅੱਛਾ, ਦੁੱਧ ਦੇ ਹਿਸਾਬ ਨਾਲ। ਮੰਨ ਲਓ ਜੇ ਤਾਜ਼ੀ ਆ, ਫਿਰ ਇਹਨੂੰ ਕੀ ਤੁਸੀਂ ਪਾਓਗੇ ਜੀ? ਇਹਨੂੰ ਰਾਤ ਦੇ ਦੀ 2-3-4 ਦਿਨ ਤੇ ਖਾ ਕੋਈ ਨਹੀਂ ਹੈਗੀ। ਅੱਛਾ, ਕੋਈ ਨਹੀਂ, ਸਿੰਪਲ ਪੱਠੇ ਹੀ ਆ ਜੀ। ਹਾਂਜੀ, ਸਿੰਪਲ ਪੱਠੇ। ਠੀਕ, ਤੋਰ ਲਓ ਮਾੜਾ ਜੀ। ਬਾਕੀ ਇਹਨੂੰ ਦੇਸੀ ਘਿਓ 5 ਲੀਟਰ ਇਹ ਦਿੱਤਾ ਜੀ। ਅੱਛਾ ਜੀ, ਅੱਛਾ। ਉਹ ਅਸੀਂ ਸਾਰੀਆਂ ਮੱਝਾਂ ਨੂੰ ਸ਼ੁਰੂ ਤੋਂ ਹੀ ਦਿੰਦੇ ਆਏ ਆ। ਤੋਰ ਲਓ, ਤੋਰ ਲਓ ਜੀ। ਸੂਈ ਦਾ ਕਰਕੇ ਕਰਦੇ ਹੀ ਬੱਚੇ ਦਾ ਕਰਕੇ। ਹਾਂਜੀ ਹਾਂ ਹਾਂ, ਤੁਸੀਂ ਵੀਡੀਓ ਬਣਾਉਂਦਾ ਕਰੋ। ਤੋਰ ਲਓ, ਤੋਰੋ, ਕੋਈ ਨਹੀਂ, ਬਸ ਤੋਰ ਲਓ, ਹੁਣ ਆਪੇ ਹੀ ਤੋਰੋਗੇ, ਬੱਚਾ ਲੱਗ ਗਿਆ ਨਾ। ਲੈ ਜੀ, ਲੈ ਜੀ, ਤੋਰ ਲਓ ਜੀ, ਤੋਰ ਲਓ। ਤੋਰ ਲਓ, ਤੋਰ ਲਓ ਜੀ, ਮਾੜਾ ਉੱਧਰ ਲੈ ਜਾਓ, ਕੱਚੇ ਲੈ ਜਾਓ ਮੱਝ ਨੂੰ। ਨਹੀਂ, ਠੀਕ ਹੈ ਜੀ, ਠੀਕ ਹੈ, ਠੀਕ। ਲਿਆਓ ਲਿਆਓ ਜੀ, ਵਾਪਸ ਲਿਆਓ ਲਿਆਓ। ਬੱਚਾ ਲੈ ਕੇ ਘੰਟੇ ਕਿਦਾ ਨਾ? ਬਿਲਕੁਲ ਜੀ, ਹਾਂ। ਤੇ ਲੀਟਰ ਦੁੱਧ ਵੀ ਬਹੁਤ ਬਣ ਜਾਂਦਾ ਜੀ। ਬਿਲਕੁਲ, ਬਾਕੀ ਕਰਨਾ ਹੀ ਹੈ, ਵੇਖੋ। ਹਾਂ, ਖੁਰਾਕ ਦੇ ਸਿਰ 'ਤੇ ਹੀ ਕਰਨਾ ਜੀ। ਬੰਦ ਹੋ ਜੀ, ਬੰਦ ਹੋ ਉੱਥੇ। ਅਤੇ ਵੀਰ ਜੀ ਫਿਰ ਇਹਦਾ ਕੀ ਮੁੱਲ ਕਰਦੇ ਜੀ ਇਹਦਾ? ਇਹਦਾ ਵੀਰ ਜੀ 1,70,000 ਰੁਪਇਆ। 1,70,000 ਮੁੱਲ ਕਰਦੇ। ਚਲੋ, ਕੋਈ ਨਹੀਂ, ਬਾਕੀ ਨੰਬਰ ਦੇ ਜਾਏ ਥੋੜ੍ਹਾ ਜਿਹੜਾ, ਕੋਈ ਬਾਕੀ ਬਾਅਦ ਦੀ ਗੱਲ ਹੋ ਜੂਗੀ। ਹਾਂ, ਜੋ ਵੀ ਕੋਈ ਕਸਟਮਰ ਗੱਲ ਕਰੂਗਾ ਤੁਸੀਂ ਉਹਦੇ ਨਾਲ ਗੱਲ ਕਰ ਲਓ। ਹਾਂ, ਫੋਨ 'ਤੇ ਕਰ ਲਿਆ ਜੇ ਗੱਲ। ਹਾਂ, ਮੈਂ ਸੋਹਣੀ ਤੁਹਾਡੀ ਜੀ। ਆ ਜੀ, ਇੱਧਰ ਆ ਜਾਓ ਜੀ। ਅਤੇ ਆਹ ਵੀਰ ਜੀ ਕਿਹੜਾ ਸੂਆ ਜੀ ਇਹ? ਇਹਦਾ ਵੀਰ ਜੀ ਤੀਜਾ ਸੂਆ। ਇਹ ਤੀਜਾ ਸੂਆ ਸੋਹਣੀ ਆ। ਠੀਕ, ਇਹਨੇ ਪਿਛਲੇ ਸੂਏ ਦੁੱਧ ਕਿੰਨਾ ਦਿੱਤਾ ਜੀ? ਇਹਨੇ ਪਿਛਲੇ ਸੂਏ ਦਿੱਤਾ 17 ਲੀਟਰ। 17 ਲੀਟਰ ਦੁੱਧ, ਦੂਜੇ ਸੂਏ? ਹਾਂਜੀ, ਦੂਜੇ। ਠੀਕ ਹੈ, ਫਿਰ ਐਰਕੀ ਫਿਰ ਤੁਹਾਨੂੰ 20+ ਜਾਊਗੀ ਜੀ? ਹਾਂਜੀ, ਜਾਊਗੀ। ਠੀਕ ਹੈ, ਠੀਕ, ਜ਼ਰੂਰ ਜਾਊਗੀ। ਅਤੇ ਇਹ ਕਿੰਨੇ ਜਲਦੀ ਕੱਢਣਾ ਜੀ ਹੁਣੇ? ਇਹਨੂੰ ਰਹਿ ਗਏ ਜੋ 15 ਦਿਨ ਰਹਿ ਗਏ। 15 ਦਿਨ ਸੂਨ 'ਤੇ ਰਹਿ ਗਏ ਆ। ਠੀਕ ਹੈ,
ਤੇ ਇਹਦੇ ਫਿਰ ਟੀਕਾ ਭਰਾਇਆ ਜੀ ਕਿਵੇਂ? ਹਾਂਜੀ ਇਹਦੇ ਵਿੱਚ ਟੀਕਾ M29 ਦਾ ਭਰਾਇਆ ਜੀ ਸਰਕਾਰੀ ਦਾ, M29 ਦਾ ਭਰਾਇਆ ਸਰਕਾਰੀ ਜੀ, ਹਾਂ ਫੇਮਸ ਸਾਣਾ ਪੂਰਾ ਟੋਪ ਦਾ ਸਾਣ ਹੈ ਜੀ। ਅਤੇ ਚੁਆਈ ਚੁਆਈ ਇਹਦੀ ਬੋਲੀ ਹੈ ਜੀ, ਬਹੁਤ ਬੋਲੀ ਜੀ। ਹਾਂਜੀ ਅਤੇ ਵੀਰ ਜੀ ਇਹਨੂੰ ਮਾਰਾ ਬਾਹਰ ਕੱਢਿਆ ਜੀ, ਇਹ ਮੋਹਰਾ ਕੁਆਲਿਟੀ ਦਾ ਆ ਗਿਆ ਨਾ ਜੀ, ਪਿਓਰ ਮੋਹਰਾ ਤੋਰ ਲੈ ਜੀ ਉੱਧਰ ਲੈ ਜੀ। ਲਿਆਓ ਜੀ ਲਿਆਓ, ਬੰਦ ਬੰਦ ਵੀਰ ਜੀ ਇਹਦਾ ਕੀ ਮੁੱਲ ਹੈ ਜੀ ਫਿਰ? ਅੱਛਾ 1,05,000 ਰੁਪਇਆ, ਠੀਕ। ਚਲੋ ਦੁੱਧ ਕਿਲੋ ਦੋ ਕੋਲ ਘੱਟ ਹੋ ਜਾਵੇ, ਬਾਕੀ ਥਣਾਂ ਦੀ ਗਰੰਟੀ ਮਤਲਬ ਕਿ ਪੂਰੀ ਹੋਣੀ ਚਾਹੀਦੀ ਹੈ। ਹਾਂਜੀ ਹਾਂ ਦੁੱਧ ਦਾ ਕੋਈ ਨਹੀਂ, ਕਿਲੋ ਦੋ ਕੋਲ ਚਲੋ ਅਗਲੇ ਖੁਰਾਕ 'ਚ ਫਰਕ ਪੈ ਸਕਦਾ। ਖਾਣਾ 17 ਲੀਟਰ ਦੁੱਧ ਕੱਢਿਆ ਜੀ। ਅੱਛਾ 17 ਲੀਟਰ, ਹਾਂ ਪਹਿਲੇ ਸੂਏ ਨੇ 14 ਲੀਟਰ ਦੁੱਧ। ਠੀਕ ਠੀਕ ਹੈ ਜੀ, ਠੀਕ ਹੈ। ਅਤੇ ਵੀਰ ਜੀ ਫਿਰ ਉਹ ਮੈਂ ਨੇ ਬੱਚੇ ਉਹਦੇ ਹੈਗੇ ਬੱਚੇ? ਉਹ ਇਹਨੇ ਕੱਟੇ ਦਿੱਤੇ ਜੀ। ਅੱਛਾ ਨਹੀਂ ਉਹ ਵੱਡੀ ਮਾਂ ਜੀ ਤੁਹਾਡੇ ਪਰਲੀ ਦੇ? ਵੱਡੀ ਮੈਂ ਦਾ ਬੱਚਾ ਉਹ ਹੈਗਾ ਕੱਟੀ। ਅੱਛਾ ਆਹ ਕੱਟੀ ਆ ਗਈ ਹੈ ਜੀ, ਠੀਕ। ਇਹ ਵੀ ਦਿਖਾਇਆ ਕੱਟੀ ਵੀ ਕੱਟੀ ਆ ਗਈ, ਪਹਿਲੇ ਸੂਏ ਨੇ ਕੱਟਾ ਦਿੱਤਾ ਹੈ। ਅੱਛਾ ਪਹਿਲੇ ਸੂਏ ਕੱਟਾ ਦਿੱਤਾ ਹੈ, ਹਾਂਜੀ। ਤੇ ਕਿੰਨੇ ਚਿਰ ਦੀ ਹੋ ਗਈ ਜੀ ਇਹ? ਇੱਕ ਸਾਲ ਤੇ 2 ਮਹੀਨੇ ਦੀ, 14 ਮਹੀਨੇ ਬਾਅਦ ਮਾਂ ਜੀ ਸੂਈ ਹੈ ਜੀ। ਅੱਛਾ 1 ਸਾਲ ਤੇ 2 ਮਹੀਨੇ ਜੀ, ਠੀਕ ਠੀਕ ਹੈ ਜੀ। ਚੰਗੀ ਝੋਟੀ ਆ ਗਈ ਜੀ, ਇੰਨਾ ਇੰਨਾ ਰਿਕਾਰਡ ਆ ਫਿਰ ਮੱਝ ਦਾ, ਫਿਰ ਤੁਹਾਡਾ ਸਾਰਾ ਫਿਰ ਕਿੰਨਾ ਦੁੱਧ ਕੱਢ ਦੂ ਜੀ ਫਿਰ ਇਹ? ਪਹਿਲੇ ਸੂਏ 18-19 ਲੀਟਰ ਦੁੱਧ ਕੱਢੂ ਹੈ ਨਾ ਜੀ। ਆ ਜਿਹੜੇ ਸਾਨੂੰ ਤੁਸੀਂ ਦੱਸੀ ਜਾਂਦੇ ਆ ਇਹਨੇ ਫਿਰ ਦੁੱਧ ਦਾ ਨੋਰਮਲ ਕੱਢਣਾ ਚਾਹੀਦਾ ਜੀ। ਹਾਂਜੀ ਹਾਂ ਹਾਂ ਜੀ ਬਿਲਕੁਲ ਜੀ ਬਿਲਕੁਲ। ਅੱਛਾ ਜੀ ਹਾਂਜੀ ਹਾਂ ਪਤਾ ਹੁੰਦਾ ਨਾ ਡੰਗਰ ਦਾ ਆਪਦਾ ਜੀ, ਬਹੁਤ ਸਿੰਗਲ ਸਿੰਗਲ ਸੋਹਣੀ ਆ ਗਈ। ਬੰਦ ਹੋਈ ਜੀ ਬੰਦ, ਗਾਹਕ ਲਵੇ ਫਿਰ 25 ਲੀਟਰ ਤੁਸੀਂ ਬਣਾ ਕੇ ਦੋਗੇ ਦੁੱਧ ਜੀ? ਹਾਂਜੀ ਹਾਂਜੀ ਹਾਂ ਠੀਕ ਠੀਕ ਹੈ ਜੀ। ਸਾਰੀਆਂ ਸੋਹਣੀਆਂ, ਥੋੜਾ ਕਰੋਸ ਆ ਗਿਆ। ਵੇਲ ਪੂਰੀ ਲੰਮੀ ਮੈਂ ਇਹਦੀ ਜੀ, ਡੇਢ ਮਹੀਨਾ ਪੂਰਾ ਪਿਆ ਹੈ ਜੀ। ਅਤੇ ਵੀਰ ਜੀ ਫਿਰ ਇਹਦਾ ਕੀ ਮੁੱਲ ਕਰੋਗੇ ਤੁਸੀਂ ਕਿ ਉਸ ਟਾਈਮ ਹੈ ਜੀ? ਹਾਂਜੀ ਹਾਂਜੀ ਅੱਛਾ ਦੁੱਧ ਚਵਾ ਕੇ, ਠੀਕ ਠੀਕ ਹੈ ਜੀ। ਸੋਹਣੇ ਡੰਗਰ ਹੈ ਤੁਹਾਡੇ। ਅੱਛਾ ਜੀ ਪਹਿਲੇ ਸੂਏ, ਅੱਛਾ ਜੀ ਤਾਂ ਬਹੁਤ ਦੁੱਧ ਕੱਢਦੇ ਜੀ। ਅੱਛਾ ਜੀ ਪਹਿਲੇ ਸੂਈ ਜਿਹੜੇ ਇਹਨੇ 18 ਲੀਟਰ ਦੁੱਧ ਕੱਢਤਾ ਤੇ ਫਿਰ 20 ਉੱਪਰ ਚਲੇ ਜਾਣੇ ਜੀ। ਹਾਂਜੀ ਹਾਂਜੀ ਹਾਂ ਅੱਛਾ ਜੀ ਤੇ ਹੁਣ ਇਸ ਟਾਈਮ ਕੱਢਣਾ 25 ਤੇ ਰਹਿ ਗਿਆ। ਅੱਛਾ ਜੀ ਹਾਲੇ ਵੀ ਦੁੱਧ ਦੇ
ਅੱਛਾ ਹਜੇ ਵੀ ਦੁੱਧ ਦੇਈ ਜਾਂਦੇ 8ਵੇਂ ਮਹੀਨੇ ਦੇ 7 ਕਿਲੋ ਦੁੱਧ ਹੁਣ ਵੀ ਹੈਗਾ 8ਵੇਂ ਮਹੀਨੇ ਦੇ ਅੱਛਾ ਜੀ ਇੱਕ ਮੱਝ ਸੀ ਸਾਡੇ ਕੋਲ ਅਸੀਂ ਤੂੜੀ ਪਾ ਕੇ ਤੇ ਉਹਨੂੰ ਦੁੱਧ ਸਕਾਇਆ 9 ਮਹੀਨੇ ਤਾਈਂ ਦੁੱਧ ਦੇਈ ਅੱਛਾ ਤੇ ਫਿਰ ਇਹਨੇ ਬੋਲੇ ਫਰਕ ਨਹੀਂ ਪੈਂਦਾ ਜੀ ਨਹੀਂ ਜੀ ਬੋਲੇ ਦਾ ਫਰਕ ਨਹੀਂ ਪੈਂਦਾ ਖਰਾਕ ਬੜੀ ਆ ਡੀ ਕਿਉ ਦੇ ਰਹੀਦਾ ਨਹੀਂ ਮੰਨ ਕੇ ਚਲੋ ਮੰਨ ਲਓ ਤੁਸੀਂ 9ਵੇਂ ਮਹੀਨੇ ਤੱਕ ਦੁੱਧ ਦਿੰਦੇ ਰਹੀ ਉਹ ਮੁੜ ਕੇ ਸੁੱਕਦੀ ਨਹੀਂ ਦੁੱਧ ਨਹੀਂ ਸੁੱਕਦੀ ਅੱਛਾ ਹਾਂ ਜਿਹੜੇ ਸਾਹ ਤੁਸੀਂ ਚੁੰਦੇ ਰਹੇ ਫਿਰ ਤਾਂ ਦੁੱਧ ਬੋਲਾ ਬਣਨਾ ਹੀ ਨਹੀਂ ਸੀ ਨਹੀਂ ਅਸੀਂ ਕੜਾ ਘਟਾ ਤਾ ਨਾ ਮੁੜ ਕੇ ਡੇਢ ਮਹੀਨਾ ਬਾਅਦ ਛੱਡ ਦਿੱਤੀ ਠੀਕ ਠੀਕ ਹੈ ਜੀ ਠੀਕ 9ਵੇਂ ਮਹੀਨੇ ਤਾਈਂ ਚੋਦੇ ਰਹੇ ਅੱਛਾ ਜੀ ਅੱਛਾ ਜੀ ਬਹੁਤ ਦਿਨਾਂ ਤੋਂ ਪਾਣੀ ਦੀ 10 ਮਹੀਨੇ ਤੱਕ ਤੂੜੀ ਦੀ ਮਾਰ ਪਾ ਕੇ ਵੀ ਤੂੜੀ ਪਾ ਦਿਓ ਪਾਣੀ ਪਾਣੀ ਘੱਟ ਦਾ ਦਿਓ ਹਾਂਜੀ ਹਾਂ ਦੁੱਧ ਸੁੱਕ ਗਿਆ ਮੁੜ ਕੇ ਫੇਰ ਖਰਾਕ ਚਾਲੂ ਕਰ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਚੰਗੀ ਮੈਂ ਡੰਗਰ ਵੀਰ ਜੀ ਤੁਹਾਡੇ ਸਾਰੇ ਸੋਹਣੇ ਆ ਚਲੋ ਵੀਰ ਜੀ ਫਿਰ ਤੁਸੀਂ ਆਲਾ ਨੰਬਰ ਬੋਲੋ ਜੀ ਜੇ ਕਿਸੇ ਵੀਰ ਨੂੰ ਲੋੜ ਪਈ ਉਹ ਤੁਹਾਡੇ ਨਾਲ ਗੱਲ ਕਰ ਲੈਣ ਕੰਟੈਕਟ ਕਰ ਲੈਣਗੇ ਠੀਕ ਹੈ ਜੀ ਤੇ ਬਾਕੀ ਇੱਕ ਗੱਲ ਹੋਰ ਤੁਹਾਨੂੰ ਮੈਂ ਕਹਿਣੀ ਆ ਕੋਈ ਵੀਰ ਮਤਲਬ ਕਿ ਇਹ ਗੱਲ ਹੈ ਕਿਉਂਕਿ ਮੈਂ